ਨਹੀਂ ਜੋ ਮਰਜ਼ੀ ਤੂੰ ਕੀ ਲੈਣਾ ਸਰ ਕੀ ਮਾਮਲਾ ਭੱਟੀ ਸਾਹਿਬ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹੋਸਪਿਟਲ ਲੈ ਕੇ ਆਏ ਆ ਰਾਤ ਅਸੀਂ ਉੱਥੇ ਲੋਗੇਟ ਗੈਸਟ ਦੇ ਸਾਹਮਣੇ ਵਿੱਚ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੇ ਸੀ ਲੋਗੇਟ ਤਾਂ ਉੱਥੇ ਸਾਨੂੰ ਦੋ ਆਦਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਅਤੇ ਇੱਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ ਉਹ ਵੀ ਬੰਦਿਆਂ ਨੂੰ ਲੈ ਜਾਂਦੀਆਂ ਪਰੇ ਆਪਣੇ ਪਾ ਕੇ ਹੱਥਾਂ ਦੇ ਕਰੀ ਪਰੇ ਜਾ ਕੇ ਜੋ ਫਿਰ ਉਹਨੂੰ ਚੱਕ ਚੁੱਕ ਵਿਖਾ ਕੇ ਉਹਨਾਂ ਕੋਲ ਪੈਸੇ ਖੋਲਦੀਆਂ ਜਾਂ ਉਹਨਾਂ 'ਤੇ ਓਬਜੈਕਸ਼ਨ ਲਾਉਂਦੀਆਂ ਅਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਤਾਂ ਸਾਡਾ ਛੇੜਛਾੜ ਕਰਨ ਦਾ ਤੁਹਾਡਾ ਮਾਮਲਾ ਦਰਜ ਕਰਾਵਾਂਗੇ ਤਾਂ ਉਹਦੇ ਸੰਬੰਧ 'ਚ 6 ਵਿਦੇਸ਼ੀ ਕੁੜੀਆਂ ਫੜੀਆਂ ਤਾਂ 8 ਜਿਹੜੀਆਂ ਸਾਡੀਆਂ ਨੇ ਇਹ ਪੰਜਾਬਣ ਕੁੜੀਆਂ ਨੇ ਜਿਹੜੀਆਂ ਵੱਖ ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਹਕਾਂ ਨੂੰ ਫਸਲਾ ਕੇ ਉਹਨਾਂ ਕੋਲ ਪੈਸੇ ਬਟੋਰਦੀਆਂ ਧਮਕੀ ਦੇ ਕੇ ਵੀ ਤੈਨੂੰ ਅਸੀਂ ਦਿਖਾ ਦਾਂਗੇ ਕੇਸ 'ਚ ਇੱਦਾਂ ਕਰ ਦਾਂਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਵੱਖ ਵੱਖ ਕੇਸ ਦਰਜ ਕੀਤੇ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇੰਨਾ ਸਾਹਮਣੇ ਆਇਆ ਕੁਛ ਇਹਦਾ ਕੋਈ ਯੁਗਾਂਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਸਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੇ ਹਾਂ ਅੱਛਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ੇ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਉਸ ਇਨਵੈਸਟੀਗੇਸ਼ਨ ਜੇ ਲਿਆ ਰਹੇ ਹਾਂ ਸਾਨੂੰ ਕੁਛ ਤਾਂ ਦੋ ਕਿਹੜੇ ਮਿਲੇ ਆ ਅਜੇ ਬਾਕੀਆਂ ਦੇ ਅਸੀਂ ਲੈਣੇ ਆ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਪਏ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਇਹ ਜਿਵੇਂ ਰਾਤ ਸਮੇਂ ਆਉਂਦੀਆਂ ਹੈ ਫਿਰ ਰਾਤ ਸਮੇਂ ਆ ਕੇ ਉੱਥੇ ਗਾਹਕਾਂ ਨੂੰ ਇੱਦਾਂ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈਂਦੀਆਂ ਅਤੇ ਕਈਆਂ ਨੇ ਬਾਹਰ ਚਲੇ ਵੀ ਜਾਂਦੀਆਂ ਰਾਤ ਅੱਛਾ ਇਹ ਦੱਸਿਓ ਕੋਈ ਨਸ਼ੇ ਦੇ ਵੀ ਵਿੱਚੋਂ ਆਉਂਦੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਖਾਂਦੀਆਂ ਪੀਂਦੀਆਂ ਹੈਗੀਆਂ ਲੱਗਦੀਆਂ ਅਤੇ ਇਹਨਾਂ ਦੱਸਿਆ ਵੀ ਦਵਾਈ ਚੱਲ ਰਹੀ ਇਹਨਾਂ ਦੀ ਅਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਇਹਨਾਂ ਦੇ ਖਿਲਾਫ਼ 2 ਵੱਖ ਵੱਖ ਮੁਕੱਦਮੇ ਦਰਜ ਕੀਤੇ ਆ ਜਿਨ੍ਹਾਂ ਨੂੰ ਅਸੀਂ ਹੁਣ ਕੋਰਟ 'ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਾਂਗੇ ਅਤੇ ਮੁਕੱਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਅਸੀਂ 384, 506, 341 IPC ਤਹਿਤ 2 ਮੁਕੱਦਮੇ 39 ਨੰਬਰ ਮੁਕੱਦਮਾ ਅਤੇ 40 ਨੰਬਰ ਮੁਕੱਦਮਾ ਦਰਜ ਕੀਤੇ ਆ ਤਾਂ ਉਹਦੀ ਇਨਵੈਸਟੀਗੇਸ਼ਨ ਅੱਗੇ ਹੁਣ ਸਾਡੀ ਜਾਰੀ ਆ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ਼ ਹੋਰ ਕਾਰਵਾਈ ਕੀਤੀ ਅਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿੰਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ 'ਤੇ ਵੀ ਕੋਈ ਕਾਰਵਾਈ ਕੀਤੀ ਜਾ ਵੀ ਜਿਹੜੇ PG ਦੇ ਵਿੱਚ ਹੈਗੇ ਰੱਖੇ ਦੌਰਾਨੇ ਤਬਦੀਲ ਸਾਡੇ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਪਰ ਜ਼ਿਆਦਾਤਰ ਇਹ ਜਲੰਧਰ ਸਾਈਡ ਵੱਲ ਆਉਂਦੀਆਂ ਰਾਤ ਸਮੇਂ ਆਉਂਦੀਆਂ ਨਾਈਟ ਸਮੇਂ ਦਿਨ ਸਮੇਂ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇਂ ਨਾਈਟ ਆ ਕੇ ਇੱਦਾਂ ਆਪਣੇ ਗਾਹਕ ਲੱਭਦੀਆਂ ਅਤੇ ਮੁੜ ਕੇ ਇੱਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਧਮਕ ਡਰਾਉਂਦੀਆਂ ਆ ਬਲੈਕਮੇਲ ਕਰਦੀਆਂ ਕਈਆਂ ਨਾਲ ਚਲੇ ਵੀ ਜਾਂਦੀਆਂ ਬਲੈਕ ਜ਼ਿਆਦਾ ਬਲੈਕਮੇਲ ਹੀ ਕਰਦੀਆਂ ਵੀ ਜੇ ਕੋਈ ਪੈਸੇ ਲੈ ਲਏ ਵੀ ਤੁਸੀਂ ਪੈਸੇ ਦੇ ਦਿਓ ਨਹੀਂ ਤਾਂ ਤੈਨੂੰ ਅਸੀਂ ਕਹਾਂਗੇ ਵੀ ਤੁਹਾਨੂੰ ਪੁਲਿਸ ਕੋਲ ਫੜਾ ਦਾਂਗੇ ਤੂੰ ਤੁਹਾਨੂੰ ਐਂ ਕੀਤਾ ਇੱਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸ ਰਹੀ ਹਾਂ ਵੀ ਅਸੀਂ ਤਾਂ ਤੁਸੀਂ ਸਾਡੇ ਨਾਲ ਐਂ ਕਰ ਰਹੇ ਹੋ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ ਇਨਫੋਰਸੇਬਲ ਪੈਸੇ ਲੈਂਦੀ ਹੈ ਆਪਾਂ ਨੂੰ ਸੂਚਨਾ ਕਿੱਦਾਂ ਆਈ ਸੀ ਇਹ ਮੇਰੇ ਕੋਲ ਦੋ ਆਪਣੇ ਮਤਈ ਆਏ ਸੀ ਜਿਨ੍ਹਾਂ ਨੇ ਵੱਖ ਵੱਖ ਆਪਣੇ ਬਿਆਨ ਦਰਜ ਕਰਾਏ